ਕਾਰੋਬਾਰ ਰੋਡ ਢਿੱਲੀ ਨਹਿਰ ਫਿਰ ਉਹਨੂੰ ਨਹਿਰ 'ਚ ਸੁੱਟ ਕੇ ਆਏ ਸਨ 15 ਜਣੇ ਜਾ ਇਹ ਫਿਰ 15-16 ਦਿਨੀ ਲਾਸ਼ ਮਿਲੀ ਹੈ ਐਡ ਵਿੱਚ ਉਹ ਹੀ ਛੁਰੀਆਂ ਮੇਰੇ 'ਤੇ ਚੱਲਣ ਲੱਗ ਉੱਠ ਕੇ ਟੁਰਾਂ ਟੁਰਿਆ ਨਾ ਜਾਏ ਹੱਥ ਮਾਰਾਂ ਹੱਥ ਨਾ ਮੇਰਾ ਵਜੇ ਪਰ ਦੋ ਕੁੜੀਆਂ ਆਈਆਂ ਉਹਨਾਂ ਨੂੰ ਫਰਕ ਥੜੇ ਲਪਾਏ ਕਹਿੰਦੀ ਆਂਟੀ ਹੋਸ਼ ਕਰੋ ਕੀ ਹੋਇਆ ਜੀ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਟੁਰਨੀ ਮੁੜ ਤੁਰ ਰਹਿਣ ਜਾਂਦਾ ਭੁੱਟੋ ਨੂੰ ਬੜਾ ਮਾਰਿਆ ਵਾ ਮੇਰਾ ਨਾਮ ਨਵੀਦਾ ਮੈਂ ਲਾਹੌਰ ਬਿੰਦੇ ਫਾਰਮਾਂ ਵਿੱਚ 3 ਮਾਹ ਤੋਂ ਰਹਿ ਰਹੀ ਹਾਂ ਹੈ ਤਾਂ ਖੁਸ਼ ਹੋ ਕਦੇ ਕਦੇ ਦਿਲ ਕਰਦਾ ਜਾਵਾਂ ਗੇਟ 'ਤੇ ਜਾਣੇ ਕੋ ਗੇਟ ਕੋਲ ਮਟੋ ਜਾਵਾਂ ਫਿਰ ਮੈਨੂੰ ਕਹਿੰਦੇ ਨੇ ਗੁੱਦੇ ਦਾ ਸਿਰਾ ਪਤਾ ਨਹੀਂ ਕਿੱਧਰ ਨੂੰ ਜਾਏਗੀ ਹਾਂ ਗੁਰ ਦਾ ਸਿਰਾ ਪਤਾ ਨਹੀਂ ਲੱਗਣਾ ਫਿਰ ਮੋੜਾ ਨਹੀਂ ਬੱਚੇ ਭਾਈ ਬੜੇ ਔਖੇ ਆਏ ਹਾਏ ਇੱਕ ਬਾਬਲ ਦੇ ਫੋਟ ਹੋ ਗਿਆ ਥਾ ਮੈਂ ਇੱਥੇ ਬਹਿ ਗਈ ਜਾ ਕੇ ਐਕ ਦਾ ਪੁੱਤ ਮੈਨੂੰ ਇੱਕ ਭਾਈ ਕਹਿੰਦਾ ਤੁਸੀਂ ਕਿੱਥੋਂ ਆਏ ਹੋ ਮੈਂ ਕਿਹਾ ਮੈਂ ਆਈ ਹਾਂ ਚੈਂਬਰ ਤੋਂ ਕਹਿੰਦਾ ਓਏ ਭਲਾ ਜੇ ਤੁਹਾਡਾ ਤੁਸੀਂ ਕਿਹੜੇ ਚੈਂਬਰ ਤੋਂ ਇੱਥੇ ਆਓ ਮੈਂ ਕੀ ਹੋਇਆ ਕਹਿੰਦਾ ਇੱਥੇ ਤਾਂ ਭੁੱਟੋ ਦੀ ਬੜੀ ਕਹਾਣੀ ਫੈਲ ਰਹੀ ਕਿ ਉਹਨੂੰ ਇੱਥੇ ਮਾਰਿਆ ਸੀ ਇਹਨਾਂ ਨੇ ਭੁੱਟੋ ਨੂੰ ਐਕ ਦੇ ਪੁੱਤ ਤੀਮ ਰਾਧੀਆ ਨੇ ਆ ਕੇ ਉਹਨੂੰ ਛਡਾਇਆ ਸੀ ਕਿ ਕਿਉਂ ਮੈਨੂੰ ਮਾਰ ਦਿੱਤੇ ਉਹ ਹੀ ਛੁਰੀਆਂ ਮੇਰੇ 'ਤੇ ਚੱਲਣ ਲੱਗ ਗਈ ਉੱਠ ਕੇ ਟੁਰਾਂ ਟੁਰਿਆ ਨਾ ਜਾਏ ਹੱਥ ਮਾਰਾਂ ਹੱਥ ਨਾ ਮੇਰਾ ਵਜੇ ਪਰ ਉਹ ਦੋ ਕੁੜੀਆਂ ਆਈਆਂ ਉਹਨਾਂ ਨੂੰ ਫਰਕ ਥੜੇ ਦਪਾਇਆ ਫਿਰ ਪਾਣੀ ਲਿਆ ਕੇ ਪਿਲਾਇਆ ਕਹਿੰਦੀ ਆਂਟੀ ਹੋਸ਼ ਕਰੋ ਕੀ ਹੋਇਆ ਜੀ ਮੈਂ ਕਿਹਾ ਸਮਝ ਨਹੀਂ ਆਉਂਦੀ ਮੈਂ ਟੁਰਨੀ ਮੁੜ ਟੁਰ ਰਹਿਣ ਜਾਂਦਾ ਫੇਡੇ ਪੈਣੀਆਂ ਫਿਰ ਟੁਰਨੀਆਂ ਫੇਡੇ ਪੈਣੀ ਕਹਿੰਦੀ ਇੱਥੇ ਭੁੱਟੋ ਨੂੰ ਬੜਾ ਮਾਰਿਆ ਵਾ ਫਿਰ ਉਹਨੂੰ ਨਾਰੋਵਾਲ ਰੋਡ ਢਿੱਲੀ ਨਹਿਰ ਫਿਰ ਉਹਨੂੰ ਨਹਿਰ 'ਚ ਸੁੱਟ ਕੇ ਆਏ ਸਨ 15 ਜਣੇ ਜਾ ਇਹ ਫਿਰ 15-16 ਦਿਨੀ ਲਾਸ਼ ਮਿਲੀ ਹੈ ਐਡ ਵਿੱਚ ਉਹ ਹੀ ਛੁਰੀਆਂ ਮੇਰੇ 'ਤੇ ਚੱਲਣ ਲੱਗ ਗਈ ਮੇਰੇ ਪਾਰਟੀ ਮੈਂ ਵੀ ਰੋਦੇ ਕਿਉਂ ਅੱਛੇ ਥੇ ਮੈਂ ਜਾ ਕੇ ਦਹੀਂ ਲਿਆਤੀ ਸੀ ਦੁਕਾਨ 'ਤੇ ਲੱਸੀ ਪੀਂਦੇ ਨਾ ਮੁੰਡੇ ਉੱਥੇ ਲੱਸੀ ਆਈ ਦੁਕਾਨ 'ਤੇ ਮੈਂ ਜਾ ਖਲਾਉਂਦੀ ਮੈਨੂੰ ਕਹਿੰਦੇ ਓਏ ਆਂਟੀ ਕੋ ਵੀ ਲੱਸੀ ਦਿਓ ਫਿਰ ਮੈਂ ਕਹਿੰਦੀ ਭਾਈ ਮੈਂ ਪੈਸੇ ਕਿੱਥੋਂ ਦਾ ਕਹਿੰਦੇ ਨਾ ਅਸੀਂ ਦਿਓ ਆਇਆ ਪੈਸੇ ਦੇਣ ਨੂੰ ਤੁਸੀਂ ਲੱਸੀ ਪੀ ਲਓ ਦਹੀਂ ਲਾ ਜਾਓ ਜਾਓ ਰਫਤਾਰੀ ਫਿਰ ਹੋਟਲ 'ਤੇ ਅੱਕ ਕਰ ਲੈਂਦੀ ਪਹਿਲੀ ਵਾਰੀ ਮੈਨੂੰ ਰੋਜ਼ੇ ਇੱਥੇ ਆਏ ਨੇ ਇਸ ਰਮਜ਼ਾਨ 'ਚ ਬਿੰਤੇ ਫਾਤਮਾ ਲਾਹੌਰ ਦੀਆਂ ਮਾਵਾਂ ਨੂੰ ਆਪਣੀ ਜ਼ੁਕਾਤ ਅਤਿਆਤ ਯਾਦ ਰੱਖਣਾ ਮਾਵਾਂ ਨਾਲ ਜਿਹੜੀਆਂ ਤੁਹਾਡਾ ਇੰਤਜ਼ਾਰ ਕਰਦੀਆਂ ਅੱਲਾ ਤੁਹਾਨੂੰ ਇਸ ਤੋਂ ਜ਼ਿਆਦਾ ਦੁੱਗਣੀ ਤੁਹਾਡੇ ਰਿਜ਼ਕ 'ਚ ਅੱਲਾ ਤਾਲਾ ਇਜ਼ਾਫਾ ਪਾਵੇ।